అందకదం ఒక ఆయా అమర్ బిన్ అబ్దే బద్ద ఎడ్డీ వడ్డీ బలా హాథీ జేడా జవాన్ హేకల్ దే ਹਾਂ ਏਡਾ ਵੱਡਾ ਬਲਾ ਆ ਕੇ ਨਬੀ ਵੱਲ ਇਸ਼ਾਰਾ ਕਰਕੇ ਆਂਦਾ ਇਹ ਮੁੜ ਇਹਨਾਂ ਨੂੰ ਗੱਲ ਆ ਜਿਨ੍ਹਾਂ ਨੂੰ ਜੰਨਤ ਲਈ ਸੱਦ ਕੇ ਆਏ ਲੈ ਕੇ ਇਹਨਾਂ ਨੂੰ ਗੱਲ ਮੈਂ ਵਾਪਸ ਜੇ ਆ ਨਹੀਂ ਦੇਵਾਂ ਮੈਨੂੰ ਮੌਲਵੀ ਡੀਜ਼ਲ ਦਾ ਪਿਓ ਨਾ ਆਖੀ ਖੂਬ ਅੱਛੇ ਖੂਬ ਅੱਛੇ ਗੱਲ ਤਾਂ ਸਹੀ ਇੱਕ ਹੀ ਵਾਪਸ ਮੁੜੇ ਤਾਂ ਮੋੜ ਆਖੀ ਮੇਰੇ ਨਬੀ ਨੇ ਚੁੱਕੀ ਨਜ਼ਰ ਇੰਜ ਕਰਕੇ ਵੇਖਿਆ ਪੂਰੇ ਮਜਮੇ ਤੇ 3000 ਦਾ ਲਸ਼ਕਰ ਕੋਈ ਨਹੀਂ ਉਠਾ ਨਬੀ ਨੇ ਇੰਜ ਕਰਕੇ ਨਜ਼ਰ ਮਾਰੀ ਹੁਣ ਤਵੱਜੋ ਅਗੂ ਲਜਪਾਲ ਦੀ ਕਰਮ ਨਵਾਜ਼ੀ ਵੇਖੋ ਸਹਾਬਾ ਸਾਰੇ ਮੁੰਤਜ਼ਰ ਨੇ ਜਿਹਦੇ ਤੇ ਨਜ਼ਰ ਪੈ ਜਾਣੀ ਏ ਉਹਨੂੰ ਪਾਵਰ ਵੀ ਲੱਭ ਜਾਣੀ ਏ ਓ ਵਾ ਵਾ ਖੂਬ ਅੱਛੇ ਖੂਬ ਅੱਛੇ ਹੁਣ ਪਤਾ ਨਹੀਂ ਕਿਹਦੇ ਤੇ ਨਜ਼ਰ ਪੈਣੀ ਏ ਇਹ ਇੰਤਖਾਬ ਮੇਰੇ ਨਬੀ ਦਾ ਏ ਇਹ ਤੂੰ ਨਾ ਆਖਿਆ ਕਰ ਇਹ ਇੰਤਖਾਬ ਮੇਰੇ ਨਬੀ ਦਾ ਜਦੋਂ ਸਫੀਰ ਬਣਾਉਂਗਾ ਤੇ ਨਜ਼ਰ ਉਸਮਾਨ ਤੇ ਪੈਂਦੀ ਏ ਇਹ ਮੇਰੇ ਨਬੀ ਦੀ ਆਪਣੀ ਅਤਾ ਏ ਹੌਲੀ ਹੌਲੀ ਬੋਲੋ ਸੁਭਾਨ ਅੱਲਾਹ ਸੁਭਾਨ ਅੱਲਾਹ ਰੱਖਦਾ ਪਹਿਲੇ ਪਾਵਰ ਦਿੰਦਾ ਏ ਹਜ਼ੂਰ ਦਾ ਇੱਕ ਸਾਹਿਬ ਵੀ ਆਂਦਾ ਹੈ ਮੈਨੂੰ ਤੇ ਮੇਰਾ ਨਾਂ ਦਾ ਹੀ ਪਤਾ ਨਹੀਂ ਕੀ ਨਾਂ ਆਈ ਇੱਕ ਦਿਨ ਮੈਂ ਆ ਕੇ ਚਾਦਰ ਵਿਛਾਈਏ ਨਾਲ ਦਾ ਆਇਆ ਉਸ ਸਮਾਨ ਵਿੱਚ ਰੱਖਿਆ ਦੂਜੇ ਵਿੱਚ ਤ੍ਰੀਏ ਵਿੱਚ ਸਾਰੇ ਰੱਖਦੇ ਗਏ ਸਰਕਾਰ ਕੋਲ ਆ ਗਏ ਤੇ ਖੈਰ ਇਹੀ ਟੁਰਦਾ ਨੇ ਉਸ ਹਜ਼ੂਰ ਚਾਦਰ ਆਪਣੇ ਸਮਾਨ ਲਈ ਵਿਛਾਈ ਆਈ ਸਾਰੇ ਵਿੱਚ ਪਾਇਆ ਮੈਂ ਚਾਹਵਾਂ ਕਿਵੇਂ ਮੇਰੇ ਨਬੀ ਥਪਕੀ ਦੇ ਕੇ ਫਰਮਾਇਆ ਚਾਹ ਲੈ ਤੂੰ ਤਾਂ ਸਾਡੀ ਬੇੜੀ ਹੈ ਵਾਹ 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 ਸੁਭਾਨ ਅੱਲਾ ਸੁਭਾਨ ਅੱਲਾ ਤੂੰ ਤਾਂ ਸਾਡਾ ਸਫੀਨਾ ਹੈ ਸੁਭਾਨ ਅੱਲਾ ਨਾਲ ਥਪਕੀ ਦਿੱਤੀ ਇਹਨਾਂ ਦੇ ਖੁਦਾ ਦੀ ਕਸਮ ਹੈ ਦਾ ਉਠਾਂ ਦਾ ਸਮਾਨ ਮੁਸਤਫਾ ਦੀ ਥਪਕੀ ਨਾਲ ਮੈਂ ਚਾ ਲੈ ਸੁਭਾਨ ਅੱਲਾ ਸੁਭਾਨ ਅੱਲਾ ਖੂਬ ਅੱਛੇ ਖੂਬ ਅੱਛੇ ਵਾਹ 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 ਤਵੱਜੋ ਹੈ ਕਿ ਨਹੀਂ ਸੁਭਾਨ ਅੱਲਾ ਸੁਭਾਨ ਅੱਲਾ ਅੱਛਾ ਜ਼ਿੱਦੀ ਹੋ ਜਾਂ ਵੈਸੇ ਪਿਆਰ ਨਾਲ ਚੁੱਪੋ ਅੱਲਾ ਤੁਹਾਨੂੰ ਮਦੀਨਾ ਵੀ ਖਾਵੇ ਆਮੀਨ ਅੱਛਾ ਨਬੀ ਦੀ ਨਜ਼ਰ ਪਈ ਹਜ਼ੂਰ ਨੇ ਇੰਜ ਵੇਖਿਆ ਸਾਹਬਾ ਵੇਖ ਰਹੇ ਨੇ ਕਿਹਦੇ ਤੇ ਨਜ਼ਰ ਪੈਣੀ ਹੈ ਅੱਛਾ ਤੇ ਜਦੋਂ ਨਜ਼ਰ ਇੰਜ ਟੁਰਦੀ ਟੁਰਦੀ ਪੜ ਗਈ ਜਿਸ ਪੇ ਮਾਸ਼ਰ ਮੇ ਬਾਪ ਵਾਹ ਵਾਹ ਇੰਜ ਨਜ਼ਰ ਟਿੱਕੀ ਮੇਰੇ ਨਬੀ ਦੀ ਇੱਕ ਜਵਾਨ ਤੇ ਜਵਾਨ ਉੱਠਿਆ ਉੱਠ ਕੇ ਖੜਾ ਹੋਇਆ ਹਜ਼ੂਰ ਇਜਾਜ਼ਤ ਹੈ ਫਰਮਾਇਆ ਬਹਿ ਜਾ ਬਹਿ ਜਾ ਉਹਨੇ ਮੋੜ ਆਖਿਆ ਇਹਨਾਂ ਨੂੰ ਭੇਜ ਹੁਣ ਭੇਜਦੇ ਨੇ 1000 ਬੰਦਾ ਗੱਲ ਜੇ ਮੈਂ ਵਾਪਸ ਜਾਣ ਦਿਆਂ ਮੁੜ ਆਖੀ ਹਜ਼ੂਰ ਮੁੜ ਨਜ਼ਰ ਚ ਆਈ ਉੱਥੇ ਨਜ਼ਰ ਮੁੜ ਟਿੱਕੀ ਅੱਛਾ ਪਤਾ ਨਹੀਂ ਮੈਂ ਕਿਉਂਕਿ ਗੁਨਾਹਗਾਰ ਬੰਦਾ ਮੇਰੀ ਚੁੱਪ ਬੰਦੇ ਤੇ ਨਜ਼ਰ ਟਿੱਕਦੀ ਹੈ ਰੋਲਾ ਖੂਬ ਅੱਛੇ ਖੂਬ ਅੱਛੇ ਸਹੀ ਮੈਂ ਵਲੀ ਹੁੰਦਾ ਤਾਂ ਮੈਂ ਬੁਲਾ ਦਿੰਦਾ ਮੈਂ ਵੀ ਗੁਨਾਹਗਾਰ ਹਾਂ ਮੈਂ ਕੀ ਮੈਂ ਆਪ ਤਰਲਾ ਹੀ ਲੈ ਸਕਦਾ ਬਈ ਮੇਰੀ ਵਿਲਾਇਤ ਨਹੀਂ ਚਲੋ ਆਪਣੀ ਇਮਾਨ ਨਾਲ ਵੀ ਸੁਭਾਨ ਅੱਲਾਹ ਸੁਭਾਨ ਅੱਲਾਹ ਸੁਭਾਨ ਅੱਲਾਹ ਸੁਭਾਨ ਅੱਲਾਹ ਮੇਰੇ ਨਬੀ ਨੇ ਮੁੜ ਨਜ਼ਰ ਚਾਈ ਇੰਜ ਮਾਰੀ ਨਾ ਹੁਣ ਸਫੂਰੀ ਅੱਗੂ ਬਾਬਾ ਨੇ ਆਪਣੇ ਲਫ਼ਜ਼ਾਂ ਨਾਲ ਖੇਡਦੇ ਆਉਂਦੇ ਨੇ ਹੁਣ ਕੀ ਹੋਇਆ ਆਂਦਾ ਤਰੀ ਜਦੋਂ ਨਬੀ ਨੇ ਦੋ ਵਾਰੀ ਡੱਕਿਆ ਨਾ ਤੇ ਤ੍ਰੀਜੀ ਵਾਰੀ ਉਹ ਉੱਠਿਆ ਨਹੀਂ ਉਹ ਨਾ ਉਹਨੇ ਹੱਥਾਂ ਦੀਆਂ ਬਣਾਈਆਂ ਤਲੀਆਂ ਤਲੀਆਂ ਦੀਆਂ ਬਣਾਏ ਉਹਨੇ ਇੰਜ ਰਿੜਦਾ 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 ਆ ਕੇ ਨਾ ਨਬੀ ਦੇ ਪੈਰਾਂ ਤੇ ਡਹਿ ਪਿਆ ਆਂਦੇ ਹੁਣ ਡੱਕ ਡਾ ਵਾਹ 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 ਖੂਬ ਅੱਛੇ ਖੂਬ ਅੱਛੇ ਮੇਰੇ ਨਬੀ ਨੇ ਹੁਣ ਨਾ ਇੰਜ ਚਾਇਆ ਅਲੀ ਆਂਦੇ ਖੁਦਾ ਦੀ ਕਸਮ ਹੈ ਇਹ ਜਿਹੜੀ ਚੱਸ ਹੈ ਨਾ ਕਦਮਾਂ ਤੇ ਡਿੱਗੇ ਹੋਏ ਜਦ ਨਬੀ ਨੇ ਆਪ ਚਾਇਆ ਨਾ ਲੈ ਆ ਚੱਸ ਗਈ ਵਾਹ 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 ਰਾਜ਼ ਕੁਦਰਤ ਨਬੀ ਦੀਆਂ ਕਦਮਾਂ ਦੇ ਉੱਤੇ ਜਦੋਂ ਡਿੱਗਿਆ ਤੇ ਚੁੱਕਿਆ ਨਬੀ ਨੇ ਤੇ ਚਾ ਕੇ ਤੇ ਮੇਰੇ ਨਬੀ ਨੇ ਸੀਨੇ ਨਾਲ ਪਾਈ ਜੱਫੀ ਵਾਹ ਜੱਫੀ ਪਾ ਕੇ ਮੈਨੂੰ ਜਦੋਂ ਪਾਵਰ ਤੇ ਕੁਵਤ ਮਿਲੀ ਨਾ ਨਬੀ ਆਂਦੇ ਅਲੀ ਜੀ ਜੀ ਆਕਾ ਵਾਹ ਵਾਹ ਆ ਕੇ ਪਹਿਲੇ ਜਾਣ ਆਈ ਤੂੰ ਹੁਣ ਤੈਨੂੰ ਗਲਣਾ ਹੈ ਮੈਂ ਵਾਹ 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 ਹੁਣ ਤੈਨੂੰ ਭੇਜਣਾ ਮੈਂ ਹਜ਼ੂਰ ਨੇ ਮਾਮਾ ਬਣਾਇਆ ਤਲਵਾਰ ਪਕੜਾਈ ਕਮਰ ਬੰਨ ਬੰਨਿਆ ਅਲੀ ਟੁਰ ਘੋੜੇ ਤੇ ਸਵਾਰ ਕੀਤਾ ਵਾਹ 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 ਅਲੀ ਟੁਰ ਜਦੋਂ ਅਲੀ ਟੁਰੇ ਨਾ ਤੇ ਅਲੀ ਪਾਕ ਨੇ ਜਦੋਂ ਰਖ ਤੇ ਸਫਰ ਬੰਨਿਆ ਹਜ਼ੂਰ ਫਰਮਾਇਆ ਰੁਕ 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 ਇੰਜ ਨਹੀਂ ਟੁਰਨਾ ਇੰਜ ਨਹੀਂ ਜ਼ਰਾ ਸੀਨਾ ਕੱਢਣਾ ਵਾਹ 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 ਅੱਛਾ ਮੇਰਾ ਦਿਲ ਕਰਦਾ ਸਪੀਕਰ ਚਾ ਕੇ ਕਬਰਿਸਤਾਨ ਜਾ ਕੇ ਤਕਰੀਰ ਕਰਾਂ ਮੁਮਕਿਨ ਹੈ ਸੁਭਾਨ ਅੱਲਾ ਸੁਭਾਨ ਅੱਲਾ ਬਹੁਤ ਅੱਛੇ ਬਹੁਤ ਅੱਛੇ ਮੇਰੇ ਨਬੀ ਫਰਮਾਇਆ ਜ਼ਰਾ ਸੀਨਾ ਕੱਢ ਅਲੀ ਨੇ ਸੀਨਾ ਕੱਢਿਆ
ਤੇ ਤਾਨ ਕੇ ਜਦੋਂ ਟੁਰੇ ਨਾ, ਸਾਹਿਬ ਆ ਕੇ ਹਜ਼ੂਰ ਨੂੰ, ਹਜ਼ੂਰ ਸਾਡਾ ਯਾਰ ਸੋਹਣਾ ਕਿਹੜਾ ਲੱਗ ਰਿਹਾ। ਆਹਾ ਆਹਾ ਵਾਹ 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 ਸਹੀ, ਕਿਹੜਾ ਫੱਬ ਰਿਹਾ ਸਾਡਾ ਯਾਰ, ਵਾਹ ਵਾਹ। ਫਰਮਾਇਆ ਅੱਜ ਕੁੱਲੇ ਇਮਾਨ ਬਣ ਕੇ ਕੁੱਲੇ ਕੁਫਰ ਦੀ ਅੱਜ ਕਮਰ ਤਰੋੜੇਗਾ। ਵਾਹ 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 ਵਾਹ, ਇਮਾਨ ਦੇ ਕੁੱਲ ਸੀਨਾ ਤਾਨਿਆ, ਅਲੀ ਨੇ ਸੀਨਾ ਤਾਨੇ ਜਦੋਂ ਟੁਰੇ ਨਾ, ਅੱਗਾ ਪਹੁੰਚੇ ਜਦੋਂ ਉਸ ਬੇਈਮਾਨ ਦੇ ਸਾਹਮਣੇ। ਅੱਛਾ ਉਹਨੂੰ ਨਾ ਤਾਂ ਅਲੀ ਪਾਕ ਦਾ ਸੁਣਿਆ ਆਈ, ਵੇਖਿਆ ਆਇਆ ਕੋਈ ਨਹੀਂ ਹੋਇਆ। ਉਹਨੇ ਉੱਥੋਂ ਪੁੱਛਿਆ, ਕਾਕਾ ਇਹ ਕਿਹੜਾ ਹੈ, ਇਹ ਏਡੀ ਵੱਡੀ ਬਲਾ ਜੋ ਆਈ, ਕਾਕਾ ਕਿਹੜਾ ਹੈ? ਅਲੀ ਫਰਮਾਉਂਦੇ ਨੇ, ਅਲੀਆਂ ਤੇ ਅਬੂ ਤਾਲਿਬ ਦਾ ਪੁੱਤਰ ਆ। ਵਾਹ 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 ਸਹੀ, ਵਾਹ ਵਾਹ। ਅਲੀ ਇਬਨ ਅਬੀ ਤਾਲਿਬ। ਅੱਛਾ ਤੇ ਉਹ ਨਾ ਉਹਨੇ ਬਹੁ ਸੁਣਿਆ ਹੋਇਆ ਆਈ। ਇੱਕ ਬੰਦਾ ਨਾ ਭਜਿਆ ਆਵੇ, ਮੌਲਾ ਅਲੀ ਜਾ ਰਹੇ ਸਨ ਤੇ ਵਿਚਾਰਾ ਐਵੇਂ ਆਪਣੇ ਤੋਂ ਬਾਹਰ ਤੇ ਇੰਜ ਸ਼ੌਂਗਰਾਂ ਪਿਆ ਮਾਰੇ ਤੇ ਹਾਲੂ ਬਿਹਾਲ। ਅਲੀ ਫਰਮਾਇਆ, ਸਾਹ ਤਾਂ ਲੈ ਕਿਹਦੇ ਜਾਊ, ਹਟ ਜਾ ਪਰੇ। ਸੁਣਿਆ ਕੋਈ ਨਬੀ ਦਾ ਇੱਕ ਨੌਕਰ ਭਰਾ ਹੈ ਅਲੀ, ਬੜਾ ਕੁੱਟਦਾ, ਅੱਜ ਮੈਂ ਉਹਦੇ ਵਾਲਾ ਕੰਮ ਕਰੂੰ। ਅਲੀ ਉਹਨੂੰ ਨਹੀਂ ਪਤਾ ਇਹ ਹੋਵੇ। ਅਲੀ ਫਰਮਾਇਆ, ਨਾ ਜਾ, ਉਹ ਕੁੱਟਦਾ ਬੜਾ ਹੀ, ਉਸ ਅੱਜ ਮੈਂ ਇਹੋ ਤਰੋਲਾ ਮੁਕਾਊਂਗਾ। ਅਲੀ ਫਰਮਾਇਆ, ਨਾ ਜਾ, ਨਿੱਕੇ ਨਿੱਕੇ ਬਾਲ ਹੀ ਨਹੀਂ ਉਹਨੇ ਵਜਾ ਦੇਣਾ ਹੀ। ਉਹ ਕਹਿੰਦਾ ਮੈਂ ਅੱਜ ਦੱਸਣਾ ਉਹਨੂੰ, ਅਸਾਂ ਵੀ ਹੈ, ਸਾਡਾ ਵੀ ਕੋਈ ਮਗਰ ਹੈ। ਅਲੀ ਫਰਮਾਇਆ, ਚਲੋ ਲੈ ਲੈ ਚਸਕਾ, ਜ਼ਰਾ ਪਹਿਲੇ ਦੋ ਹੱਥ ਆਪਾਂ ਨਾ ਕਰੀਏ। ਅਲੀ ਪਾਕ ਇੰਜ ਹੱਥ ਪਕੜ ਕੇ ਜ਼ਰਾ ਘੁਮਾਇਆ ਨਾ ਤਾਂ ਡਿੱਗਿਆ, ਤੇ ਇੰਜ ਵਿਚਾਰਾ ਕੰਡ ਛੰਡਦਾ ਹੋਇਆ ਤੇ ਸਪੀਡਾਂ ਮਾਰ ਕੇ ਆਉਂਦਾ। ਸੱਚੀ ਦੱਸ ਅਲੀ, ਤੂੰ ਤਾਂ ਨਾ, ਵਾਹ 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 ਹਾਦਰੀ 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 ਅਲੀ ਉਲ ਮੁਰਤਜ਼ਾ। ਮੇਰੇ ਅਲੀ ਪਾਕ ਪਹੁੰਚੇ, ਉਹ ਸਕਿਆ ਕਿਹੜਾ ਹੈ? ਫਰਮਾਇਆ, ਅਲੀ ਇਬਨ ਅਬੀ ਤਾਲਿਬ। ਅਗੂ ਕੀ ਆਂਦਾ, ਤੁਸੀਂ ਮੈਨੂੰ ਤੁਹਾਡੇ ਵੀ ਠੱਠ ਮਾਸ਼ਾਅੱਲਾ ਆਪਣੀ ਹੈ, ਜ਼ਰਾ ਮੈਨੂੰ ਗੱਲ ਪੂਰੀ ਕਰਨ ਦਿਓ। ਬਜ਼ੁਰਗਾਂ ਦਾ ਆਪਣਾ ਜ਼ੌਕ ਹੁੰਦਾ ਨਾ, ਲੇਕਿਨ ਮੈਂ ਸ਼ਰਾਕਤ ਪਸੰਦ ਨਹੀਂ ਕਰਦਾ ਤਕਰੀਰ 'ਚ, ਤਵੱਜੋ ਹੈ ਨਾ। ਅੱਛਾ ਉਹ ਅੱਗੂ ਆਉਂਦੇ ਨੇ, ਅੱਛਾ 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 ਅੱਛਾ, ਆਪ ਅਲੀ ਹੈ। ਪਰ ਮੈਂ ਇੱਕ ਕਮੀਨਿਆਂ ਦੀ ਕੁਆਲਿਟੀ ਹੈ, ਜਦੋਂ ਵੇਖਣ ਨਾ ਬੰਦਾ ਬਾਹਰ ਹੈ, ਮੁੜ ਨਾਲ ਹੀ ਲਿਫਣਾ ਤੇ ਨਾਲ ਹੀ ਪਿਛਲਾ ਤਾਲੁਕ ਕੱਢਣਾ। ਅੱਛੋ ਅੱਛੋ ਅੱਛੋ, ਆਪ ਅਲੀ ਹੈ। ਅਲੀ ਬਾਈ ਵੋ ਦੇਖੋ, ਆਪਕੇ ਬਜ਼ੁਰਗੋਂ ਸੇ ਹਮਾਰੀ ਹੈਲੋ ਹੈ ਹੈ, ਅਪੜ ਗਏ ਹੋ। ਜਦੋਂ ਮਸੀਹ ਤੋਂ ਕੁੱਟ ਕੇ ਕੱਢੋ ਨਾ ਤਾਂ ਪਿੱਛੇ ਕੀ ਆਉਂਦੇ, ਆਪਕੇ ਬਜ਼ੁਰਗੋਂ ਸੇ ਹਮਾਰੀ ਹੈਲੋ ਹੈ ਹੈ। ਉਹਨੂੰ ਅੱਖ ਵੱਢ ਕੇ ਅਲੀ ਪਾਕ ਕੀ ਫਰਮਾਉਂਦੇ ਨੇ, ਅੱਛਾ ਕੀ ਆਖਣਾ ਹੈ? ਆਪਕੇ ਬਜ਼ੁਰਗੋਂ ਸੇ ਹਮਾਰੀ ਹੈਲੋ ਹੈ। ਅਲੀ ਫਰਮਾਉਂਦੇ ਨੇ, ਗੱਲ ਸੁਣ, ਮੇਰੇ ਅੱਬੇ ਨਾਲ ਭਾਵੇਂ ਸਲਾਮ ਕੱਢ ਜਾਂ ਨਾ ਕੱਢ, ਨਬੀ ਦਾ ਤਾਂ ਦੁਸ਼ਮਣ ਹੈ ਮੂਜ਼ੀ, ਆ ਮੈਂ ਤਾਂ ਟੋਟੇ ਕਰਨੇ ਨਾ ਅੱਜ। ਹਲੀ ਹਲੀ ਬੋਲੋ। ਅੱਛਾ ਉਹਨੂੰ ਆਪਣੀ ਤਾਕਤ ਤੇ ਨਾਸ, ਅਲੀ ਨੂੰ ਨਿਸਬਤ ਤੇ ਨਾਸ। ਅਲੀ ਪਾਕ ਪਹੁੰਚ ਗਿਆ, ਫਰਮਾਇਆ ਸੁਣ ਮੂਜ਼ੀ, ਅੱਗੂ ਸੁਣ, ਖੁਦਾ ਦੀ ਇੱਜ਼ਤ ਦੀ ਕਸਮ ਹੈ, ਚੁੱਕ ਸ਼ੀਆ ਸੁੰਨੀ ਦੀਆਂ ਕਿਤਾਬਾਂ, ਦਿਓਬੰਦੀਆਂ ਦੀ ਤਾਰੀਖ ਚੁੱਕ, ਮੇਰੇ ਨਬੀ ਜਦੋਂ ਅਲੀ ਨੂੰ ਗਲੇ ਆਈ ਤੇ ਆਖਿਆ ਕੀ? ਅਲੀ ਫਰਮਾਇਆ, ਅੱਲਾ ਉਹਦੇ 'ਚ ਮੈਂ ਦਿੱਤਾ ਹੀ ਹਮਜ਼ਾ, ਬਦਲ 'ਚ ਮੈਂ ਦਿੱਤਾ ਹੀ ਉਬੈਦਾ, ਅਲੀ ਮੇਰੇ ਕੋਲ ਇੱਕੋ ਹੀ, ਮੈਂ ਦੇਵਣ ਲਈ ਨਹੀਂ ਗਲਿਆ। ਮੈਂ ਦੇਵਣ ਲਈ ਨਹੀਂ ਗਲਿਆ ਅੱਜ। ਇਹ ਮਹਬੂਬੀ ਅੱਧਾ ਉਧਰ ਜਾ ਜਿਹੜਾ ਯਾਰ ਆਖ ਸਕਦਾ, ਅੱਲਾ ਉਤਨੀ ਦੇਰ ਤੱਕ ਮੈਨੂੰ ਕੋਲ ਨਾ ਸੱਦੀ, ਹਦੀਸ ਦਾ ਮਫਹੂਮ ਬਿਆਨ ਕਰ ਰਿਹਾ, ਜਦ ਤੱਕ ਮੈਂ ਫਤਿਹ ਨਾਲ ਮੁਸਕਰਾਉਂਦਾ ਹੋਇਆ ਅਲੀ ਨਾ ਵੇਖਾਂ। ਮਤਲਬ ਕੀ ਹੈ? ਯਾ ਅੱਲਾ ਮੈਂ ਬਦਰ 'ਚ ਦਿੱਤਾ ਉਬੈਦਾ, ਉਹਦੇ 'ਚ ਮੈਂ ਦਿੱਤਾ ਹਮਜ਼ਾ, ਅਲੀ ਦੇਵਣ ਲਈ ਨਹੀਂ ਗਲਿਆ, ਤੇਰੇ ਵੱਲ ਮੈਂ ਗਲਿਆ ਏ, ਮੇਰੇ ਵੱਲ ਤੂੰ ਗਲਣਾ ਏ। ਅਲੀ ਕੋਲ ਪਹੁੰਚ ਗਿਆ, ਫਰਮਾਇਆ ਮੂਜ਼ੀ ਸੁਣ। ਆਂਦਾ ਜੀ, ਅਲੀ ਫਰਮਾਉਂਦੇ ਨੇ, ਮੈਂ ਸੁਣਿਆ ਏ ਤੇਰੀ ਜੰਗ ਦੇ ਕੁਝ ਅਸੂਲ ਹਨ। ਉਹਨੇ ਕਿਉਂ ਕੋ, ਅਲੀ ਭਾਈ, ਅਲੀ ਭਾਈ ਆਪਕੋ ਕਿਸ ਨੇ ਬਤਾਇਆ? ਇੰਜ ਨਹੀਂ,
अली पाक नु भी पता है भाई एक कमीना मेरी आड़ कि नबी नु भाई ना के फरमाया मैं तेरा भाई भूई नहीं सीधा कर तवज्जो है कि नहीं अली फरमाया सुन अब बेईमाना मैं सुनया तेरी जंग दे कुछ असूल नु सके हां तुहानू कह दसिया है अली फरमाया जिन्ना मैनू गलिया है ओ दिल दियां गल्लां बुझ लैंदे ने अली फरमाया पहली तेरी जंग दी उसूल ए वे तू बंदे नु नसण दा मौका देना है हो सके हां अली फरमाने ले मैं तेरे उसूल तेरे ते अप्लाई करूंगा स्पीड मार जेड़ा नसे अली कुछ नहीं आंदा अगू की आंदा है अली भाई हम दौड़ने के लिए नहीं आई तवज्जो है अली पाक फरमाने दुआ तेरा उसूल ए कलमा पढ़ मेरे नाने दा तू अगू दावत देना है ना मैं तेनू दावत पे देना मेरे पाक नबी दा कलमा पढ़ मैं छड़ देंगा जेड़ा कलमा पढ़े उन्हें कह नहीं हम कलमा पढ़ने नहीं आई अली फरमाने त्रीजा उसूल है तेरा तू दुश्मन नु दावत देने वार करन दी उन्हें कहा हाँ। अली फरमाने ले कर वार तू उन्हें कहा अली भाई बात सुनो जब हम वार करती है ना कोई बचती बचती नहीं है हमारा वार जब होता कोई नहीं बचती अली फरमाने तू वार कर तेल ला वड़के मरनी जेड़े नान बच्चे होना दे पिछू कोई नहीं मैं साइया आला हौली हौली बोलो मौलाना रूम ने एक गल चसाली लिखी अगर तुसे जिद त्रोड़ दो तो सुना दिया मौलाना रूम फरमाते ने बकरी दे मगर लग गया बिगियाड़ ते बिगियाड़ भी चंगा पले होया डीजल दे परमट भी शायद लई फिरदा होना है केडी वड्डी बलाई डीजल दे ड्रम जेड़ा ते ओ बकरी अगू भज्जी ओ पिछू भज्जिया ते बकरी थोड़ी जी हाई ना लिस्सी पतली ओ जाके थोड़ा जा 5-10 कदम अगू फस गए चिक्कड़ ते हजरत साहब हजरत ने पहली छाल मारी ते पहली बारी फसे जदो खान आया है अपड़ गए हो आज तक फसे नहीं माशाल्लाह हर हुकूमत त्रै चीजां दे जांदी है एक महंगाई ते करप्शन ते दूजे हजरत साहब तवज्जो है कि नहीं बहरहाल अर्ज़ पे करना नबी दे गुलामो गलत मतलब ने ले लेना मैं किसी और दी गल कीती है उन्हें आख्या ओ बिगियाड़ पिछू फस गया ना बकरी अगू हुण बिगियाड़ जोर लाया हजरत साहब ने जिन्ना टिल लाया हाई तो मोटी बला फसदा गया बिच बिल्कुल ही फस गया ते 5-7 कदम अगू बकरी आई हुण दिल भी करे बकरी नू खावां निकल भी ना सके ते बकरी चुप करके खड़ी रही उन्हें किया तू टिल नहीं पहलांदी उन्हें क्या हजरत साहब हुण पै गई यही शाम इंज नहीं हुण पै गई यही शाम ते साइयां मेरे ने डांग लेनी है फड़ काइया बूटे चिक्कड़ ते उन्हें हर शह घूमदियां लभदियां मेरे तक ते आना है अपड़ ते मैं पुछुआ वड़के मरनी तेरा भी कोई है के कोई ना तवज्जो है मौला अली फरमा तू ला टिल उन्हें चुकी तलवार आंदा सुन अली जो मैं वार करा बचदा नहीं उन्हें क्या वो नहीं बचदा जिदे पिछू कोई नहीं आंदा मैं लज पाला वे लड़ लगिया मेरे तू गम परेर दे मेरी आसा उम्मीदा दे सदा पूते हरे रेंदे मेरे नबी दे प्यारे गुलामो अली फरमाया तलवार चला ओले जदो वार कीता आनंद लाल ने हाथ उठाए ए अल्लाह अली नु मेरे वल फतह नाल भेजी अली ने अज जनाब वार बचाया हुण मेरे अली ने तलवार चाहिए तलवार चाके फरमाया ओ मुजिया सच जे कोई है मोहम्मद दा शेर मैदान च आ गई है अली ने वार कीता मूजी मारिया
सवारी कटी जमीन दी गर्द उड़ी 3000 सहाबा ने हजूर अल वेख्या चेहरे ते मुस्कराहट सहाबा दिया नजरा नबी थे नबी दिया नजरा अली थे ਸਾਰਿਆਂ ਦੀ ਨਜ਼ਰ ਆਮਨ ਦੇ ਲਾਲ ਤੇ ਨਬੀ ਦੁਆ ਪਮੰਗਦਨ ਥੋੜੀ ਦੇਰ ਬਾਅਦ ਅਮੀ ਆਲਾ ਤੇ ਜਨਾਬ ਸਾਰਿਆਂ ਦੀ ਜ਼ੁਬਾਨ ਤੇ ਜੋ ਨਖਮਾ ਤੇ ਤਰਾਨਾ ਆਜ਼ਮ ਚਿਸ਼ਤੀ ਨੇ ਆਪਣੇ ਲਫ਼ਜ਼ਾਂ ਦੀ ਤਰਜਮਾਨੀ ਨਾਲ ਆਖਿਆ ਆਲੇ ਨਜ਼ਰ ਕੀ ਆਖ ਖਾ ਓ ਤਾ ਅਰਾ ਅਲੀ ਅਲੀ ਆਲੇ ਨਜ਼ਰ ਕੀ ਆਖ ਖਾ तारा अली अली सारे रखो आले नजर की आँख का तारा अली अली आले वफा के दिल का सहारा।